ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਯੂਨਾਈਟਿਡ ਸਿੱਖ ਮਿਸ਼ਨ ਨੂੰ ਇੱਕ ਸੇਵਾ ਮਿਲੀ ਹੈ, ਜਿਸ ਨੂੰ ਕਿ ਅਸੀਂ ਸੋਲਰ ਪ੍ਰੋਜੈਕਟ ਦੇ ਰੂਪ ਦੇ ਵਿੱਚ ਚਲਾ ਰਹੇ ਹਾਂ। ਅਤੇ ਸੇਵਾ ਜੇ ਉਹ ਸੇਮ ਗੱਲ ਹੈ ਨਾ, ਜੇ ਦਿਲੋਂ ਸੇਵਾ ਕੀਤੀ ਜਾਵੇ ਉੱਥੇ ਵੀ ਹੈ। ਕਈ ਲੋਕ ਸੇਵਾ ਦਿਲੋਂ ਨਹੀਂ ਕਰਦੇ, ਸਿਰਫ ਨਾਂ ਖਾਤਰ ਕਰਦੇ। ਜਥੇਦਾਰ ਰਸ਼ਪਾਲ ਸਿੰਘ ਜੀ ਢੀਂਡਸਾ ਦੀ ਪਰਸਨੈਲਿਟੀ ਦੇ ਬਾਰੇ ਜੇ ਮੈਂ ਕਹਾਂ ਤਾਂ ਲਫ਼ਜ਼ ਛੋਟੇ ਪੈ ਜਾਂਦੇ ਹਨ। He always seems to amaze me with the ideas that he comes up with. I feel like with the power shortage that happens in India and the cost, I think it's a really good idea that he's doing it. ਕੀਰਤਨ 16 ਸਾਲ 'ਚ ਬਹੁਤ ਸੋਹਣਾ ਸ਼ਬਦ ਆਉਂਦਾ ਹੈ ਕਿ ਕਰੋ ਬੇਨਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸਹੇਲਾ। ਸਾਰੇ ਸੰਗਤ ਨੂੰ ਅਪੀਲ ਕਰਦੇ ਹਾਂ ਵੀ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਵੇ, ਅਤੇ ਆਪਣੇ ਯੂਨਾਈਟਿਡ ਮਿਸ਼ਨ ਵਾਲੇ ਕਰ ਰਹੇ ਨੇ ਅੱਗੇ ਹੋ ਕੇ, ਇਨਵਾਇਰਮੈਂਟ ਵੀ ਵਧੀਆ ਆ ਅਤੇ ਗੁਰੂ ਕੀ ਸੇਵਾ ਵੀ। ਜਿਸ ਤਰ੍ਹਾਂ ਮੇਰੇ ਹਸਬੈਂਡ ਕਰ ਰਹੇ ਆ ਸੇਵਾ, ਹਰਿਮੰਦਰ ਸਾਹਿਬ ਦੀ ਸੋਲਰ ਸਿਸਟਮ ਦੀ ਸੇਵਾ ਕਰ ਰਹੇ ਆ। ਔਰ ਜੋ ਵੀ ਤਿਲ ਫੁੱਲ ਭੇਟਾ ਜਿਸ ਤਰੀਕੇ ਨਾਲ ਵੀ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ, ਸਰੀਰਕ ਰਾਹੀਂ ਮਾਇਕ ਤੌਰ 'ਤੇ ਸਾਡੀ ਤੁਸੀਂ ਵੈਬਸਾਈਟ 'ਤੇ ਜਾ ਸਕਦੇ ਹੋ। ਉਸਦੇ ਵਾਸਤੇ ਸ਼੍ਰੋਮਣੀ ਕਮੇਟੀ ਕੋਲ ਮਾਇਆ ਵਾਧੂਗਾ, ਸੰਗਤਾਂ ਬਹੁਤ ਸੇਵਾ ਔਲਰੇਡੀ ਬਹੁਤ ਸੇਵਾ ਕਰਨ ਗਈਆਂ। ਸੰਗਤਾਂ ਲਈ ਇਹੀ ਬੇਨਤੀ ਹੈ ਜੀ ਕਿ ਵੀ ਆਪਣਾ ਜਿੰਨਾ ਜਿੰਨੇ ਜੋਗੇ ਹੈਗੇ ਹਾਂ ਸੇਵਾ ਜ਼ਰੂਰ ਕਰੀਏ। ਸਾਈਟ ਦੇ ਉੱਪਰ ਵੱਖਰੇ ਵੱਖਰੇ ਆਪਸ਼ਨ ਦਿੱਤੇ ਆ, ਔਰ ਜਿਸ ਤਰੀਕੇ ਨਾਲ ਵੀ ਉਹ ਸੇਵਾ ਭੇਜਣੀ ਚਾਹੁੰਦੇ, ਜੇ ਅਮੈਰੀਕਾ ਤੋਂ ਅਮੈਰੀਕਾ ਵਿੱਚ, ਅਮੈਰੀਕਾ ਤੋਂ ਇੰਡੀਆ ਦੇ ਵਿੱਚ ਪੰਜਾਬ, ਜਾਂ ਇੰਡੀਆ ਤੋਂ ਇੱਥੇ ਇੰਡੀਆ ਵਿੱਚ ਹੀ ਦੇਣੀ ਆ ਉਹਨਾਂ ਨੇ, ਸੋ ਉਸ ਹਿਸਾਬ ਨਾਲ ਉਹ ਪੈਸੇ ਭੇਜ ਸਕਦੇ ਆ। ਪ੍ਰਧਾਨ ਸਾਹਿਬ ਜੀ ਬਹੁਤ ਵਧੀਆ ਕੰਮ ਕਰ ਰਹੇ ਆ, ਜੋ ਅੰਮ੍ਰਿਤਸਰ ਸੇਵਾ ਕਰ ਰਹੇ ਆ, ਅੱਖਾਂ ਦਾ ਕੈਂਪ ਵੀ ਲਾ ਰਹੇ ਆ, ਇਹਨੂੰ ਸੇਵਾ ਕਹਿ ਰਹੇ ਆ ਕਿ ਜਿਹੜੀ ਦੂਜਿਆਂ ਦਾ ਸਾਨੂੰ ਆਸ਼ੀਰਵਾਦ ਮਿਲਣਾ ਆ। ਆਪਣਾ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ। ਗੁਰੂ ਰਾਮਦਾਸ ਦੇ ਘਰ 'ਚ ਦਾਨ ਨਹੀਂ ਦਿੱਤਾ ਜਾਂਦਾ, ਭੇਟਾ ਦਿੱਤੀ ਜਾਂਦੀ ਹੈ।